ਕਰਫਿਊ ਦੌਰਾਨ ਪੰਜਾਬ ਵਿੱਚ ਕਿਸੇ ਤਰ੍ਹਾਂ ਦਾ ਇਕੱਠ ਨਾ ਹੋਵੇ ਇਸ ਲਈ ਸਬਜ਼ੀ ਮੰਡੀਆਂ ਦੇ ਵਿੱਚ ਖਾਸ ਪਾਸ ਸਿਸਟਮ ਲਾਗੂ ਕੀਤਾ ਗਿਆ ਹੈ। ਪਰ ਸ਼ਾਹੀ ਸ਼ਹਿਰ ਪਟਿਆਲਾ ਦੀ ਸਬਜ਼ੀ ਮੰਡੀ ਵਿੱਚ ਕੁਝ ਲੋਕਾਂ ਨੇ ਜੋ ਨਿਹੰਗ ਬਾਣੇ ਦੇ ਵਿੱਚ ਸਨ ਜਬਰੀ ਪਾਸ ਤੋਂ ਬਿਨਾਂ ਮੰਡੀ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦਾ ਪੁਲਿਸ ਨਾਲ ਤਕਰਾਰ ਹੋ ਗਿਆ ਅਤੇ ਇਹਨਾਂ ਲੋਕਾਂ ਨੇ ਪੁਲਿਸ ਵਾਲਿਆਂ ਦੇ ਉੱਤੇ ਹਮਲਾ ਕਰ ਦਿੱਤਾ। ਪਟਿਆਲਾ ਦੀ ਸਨੌਰ ਸਬਜ਼ੀ ਮੰਡੀ ਦੇ ਵਿੱਚ ਜਦੋਂ ਇਹਨਾਂ ਲੋਕਾਂ ਨੂੰ ਜੋ ਨਿਹੰਗ ਬਾਣੇ ਦੇ ਵਿੱਚ ਸਨ ਨੇ ਪੁਲਿਸ ਦੇ ਕਿਰਪਾਨਾਂ ਦੇ ਨਾਲ ਹਮਲਾ ਕਰ ਦਿੱਤਾ ਅਤੇ ਉਹਨਾਂ ਕਿਰਪਾਨਾਂ ਮਾਰ ਕੇ ਪੁਲਿਸ ਮੁਲਾਜ਼ਮ ਦਾ ਹੱਥ ਕੱਟ ਦਿੱਤਾ। ਪੁਲਿਸ ਕਰਮੀ ਐਸਆਈ ਹਰਜੀਤ ਸਿੰਘ ਜਿਸ ਦਾ ਹੱਥ ਕੱਟਿਆ ਗਿਆ ਹੈ ਉਹ ਪੀਜੀਆਈ ਚੰਡੀਗੜ੍ਹ ਵਿੱਚ ਜੇਰੇ ਇਲਾਜ ਹੈ ਅਤੇ ਉਸ ਦੇ ਹੱਥ ਦੀ ਸਰਜਰੀ ਚੱਲ ਰਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੇ ਵਿੱਚ ਨਿਹੰਗ ਪਿੰਡ ਬਲਬੇੜਾ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਲੁਕੇ ਜਿੱਥੋਂ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਹ ਨਿਹੰਗ ਪਟਿਆਲਾ ਦੀ ਸਨੌਰ ਸਬਜ਼ੀ ਮੰਡੀ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਪੁਲਿਸ ਦੁਆਰਾ ਇਹਨਾਂ ਦੇ ਕੋਲੋਂ ਪਾਸ ਦੀ ਮੰਗ ਕੀਤੀ ਗਈ ਜੋ ਕਰਫਿਊ ਵੇਲੇ ਦਿੱਤਾ ਜਾਂਦਾ ਹੈ। ਸੋ ਇਸ ਤੋਂ ਬਾਅਦ ਦੇ ਵਿੱਚ ਇਹਨਾਂ ਨਿਹੰਗਾਂ ਨੇ ਬੈਰੀਗੇਡ ਦੇ ਵਿੱਚ ਗੱਡੀ ਮਾਰ ਦਿੱਤੀ ਅਤੇ ਜਦੋਂ ਪੁਲਿਸ ਪਾਰਟੀ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਕਿਰਪਾਨਾਂ ਦੇ ਨਾਲ ਪੁਲਿਸ ਵਾਲਿਆਂ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਏਐਸਆਈ ਹਰਜੀਤ ਸਿੰਘ ਦਾ ਹੱਥ ਕੱਟਿਆ ਗਿਆ ਅਤੇ ਹੋਰ ਪੁਲਿਸ ਕਰਮੀ ਵੀ ਜ਼ਖਮੀ ਹੋਏ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੰਡੀ ਦੇ ਵਿੱਚ ਪਾਸ ਸਿਸਟਮ ਲਾਗੂ ਕੀਤਾ ਗਿਆ ਹੈ ਅਤੇ ਸਵੇਰੇ ਬਲਬੇੜਾ ਤੋਂ 4 ਨਿਹੰਗ ਸਿੰਘ ਮੰਡੀ ਪਹੁੰਚੇ ਪਰ ਪਾਸ ਨਾ ਹੋਣ ਕਰਕੇ ਨਾ ਤਾਂ ਮੰਡੀਕਰਨ ਬੋਰਡ ਵਾਲਿਆਂ ਨੇ ਅਤੇ ਨਾ ਹੀ ਪੁਲਿਸ ਨੇ ਉਹਨਾਂ ਨੂੰ ਅੰਦਰ ਦਾਖਲ ਹੋਣ ਦਿੱਤਾ ਜਿਸ ਕਰਕੇ ਇਹਨਾਂ ਵੱਲੋਂ ਪੁਲਿਸ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਇੱਕ ਏਐਸਆਈ ਦੀ ਬਾਂਹ ਕੱਟੀ ਗਈ ਹੈ ਅਤੇ ਐਸਐਚਓ ਅਤੇ 2 ਮੰਡੀਕਰਮੀ ਵੀ ਜ਼ਖਮੀ ਹੋਏ ਹਨ। ਹੁਣ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਿਵੇਂ ਹਰ ਰੋਜ਼ ਦੀ ਤਰ੍ਹਾਂ ਜਿਹੜੀ ਸਬਜ਼ੀ ਮੰਡੀ ਪਟਿਆਲੇ ਵਿਖੇ ਪੁਲਿਸ ਡਿਊਟੀ 'ਤੇ ਜਾਂਦੀ ਹੈ ਅਤੇ ਅੱਜ ਵੀ ਡਿਊਟੀ 'ਤੇ ਸੀ। ਮਕਸਦ ਹੁੰਦਾ ਪੁਲਿਸ ਦਾ ਵੀ ਮੰਡੀ 'ਚ ਰਸ਼ ਨਾ ਹੋਵੇ ਅਤੇ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਸਾਰਾ ਠੀਕ ਰਹੇ ਅਤੇ ਉੱਥੇ ਇੱਕ ਗੱਡੀ ਆਈ ਜਿਹੜੀ ਕਿ ਮੰਡੀ ਬੋਰਡ ਦੇ ਅਧਿਕਾਰੀ ਉਹਨੇ ਜਿਹੜਾ ਬੋਲੀ ਅਫਸਰ ਆ ਉੱਥੇ ਮੁਲਾਜ਼ਮ ਸੀ ਉਹਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਤੁਹਾਡੇ ਕੋਲ ਪਾਸ ਹੈ ਤਾਂ ਉਹ ਬੰਦੇ ਅਲਾਓ ਕਰਨੇ ਆ। ਉਹਦੇ ਵਿੱਚ 4 ਨਿਹੰਗ ਸਿੰਘ ਸੀ ਅਤੇ ਉਹਨਾਂ ਨੇ ਉਹਨੂੰ ਉਹ ਕਰਤਾ ਇੱਕਦਮ ਉਤਰ ਕੇ ਤੈਸ਼ ਦੇ ਵਿੱਚ ਆ ਗਏ। ਪਹਿਲਾਂ ਬੈਰੀਕੇਡ ਦੇ ਉੱਤੋਂ ਲੰਘਾ ਤੀ ਗੱਡੀ ਫਿਰ ਮੰਡੀ ਦੇ ਗੇਟ 'ਚ ਮਾਰੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਇੱਕਦਮ ਹਮਲਾ ਕਰਤਾ ਜਿਹੜਾ ਮੁਲਾਜ਼ਮਾਂ ਨੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਜਿਹਦੇ 'ਚ ਏਐਸਆਈ ਹਰਜੀਤ ਸਿੰਘ ਹੈ ਉਹਦਾ ਹੱਥ ਕੱਟਿਆ ਗਿਆ ਅਤੇ ਇੱਕ ਆਪਣੇ ਐਸਐਚਓ ਸਦਰ ਪਟਿਆਲਾ ਜਿਹੜਾ ਵਿਕਰ ਸਿੰਘ ਉਹ ਇੰਜਰਡ ਹੈ ਅਤੇ ਇੱਕ ਉਹਦੇ 'ਚੋਂ ਇੱਕ ਮੰਡੀ ਬੋਰਡ ਦਾ ਅਧਿਕਾਰੀ ਇੰਜਰਡ ਹੈ ਅਤੇ ਇੱਕ ਡਰਾਈਵਰ ਇੰਜਰਡ ਹੈ। ਸਰ ਕੁਝ ਪਤਾ ਲੱਗਿਆ ਕਿੱਥੇ ਦੇ ਰਹਿਣ ਵਾਲੇ ਸੀ? ਇਹ ਆਪਣੇ ਪ੍ਰਾਈਵੇਟ ਕੋਈ ਗੁਰਦੁਆਰਾ ਸਾਹਿਬ ਹੈ ਜਿਹੜਾ ਆਪਦਾ ਨਿੱਜੀ ਤੌਰ 'ਤੇ ਬਣਾਇਆ ਹੋਇਆ ਖਿਚੜੀ ਸਾਹਿਬ ਬਲਬੇੜੇ ਉੱਥੋਂ ਦੇ ਸੀ ਅਤੇ ਉਹ ਗੱਡੀ ਉੱਥੇ ਪਹੁੰਚ ਗਈ ਆ ਅਤੇ ਉੱਥੇ ਸਾਡੇ ਅਫਸਰ ਹੈਗੇ ਆ ਹਜੇ ਅਤੇ ਉਹਨਾਂ ਨੂੰ ਅਸੀਂ ਮੁਕੱਦਮਾ ਦਰਜ ਕਰਕੇ ਅਤੇ ਉਹਨਾਂ ਨੂੰ ਅਰੈਸਟ ਕਰਾਂਗੇ। ਬਿਊਰੋ ਰਿਪੋਰਟ, ਸਿੱਖ ਚੈਨਲ।